ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Question कह रही है, using divisibility test, determine which of the following numbers are divisible by 6. 297,144. अपन नंबर दिता है और उन देखने कि वो डिविजिबल है कि नहीं 6 नाल। ते 6 दे दो फैक्टर होंदे ने, 2 और 3। ਜਦੋਂ ਵੀ ਡਿਵੀਸੀਬਿਲਿਟੀ ਟੈਸਟ ਸਾਨੂੰ ਕਰਨੀ ਹੋਏ ਕਿ ਕੋਈ ਵੀ ਨੰਬਰ 6 ਨਾਲ ਡਿਵੀਸੀਬਲ ਹੈ ਕਿ ਨਹੀਂ, ਤੇ ਪਹਿਲਾਂ ਅਸੀਂ ਵੇਖਾਂਗੇ ਕਿ ਉਹ 2 ਨਾਲ ਡਿਵੀਸੀਬਲ ਹੈ ਕਿ ਨਹੀਂ, ਔਰ ਫਿਰ ਵੇਖਾਂਗੇ ਕਿ 3 ਨਾਲ ਡਿਵੀਸੀਬਲ ਹੈ ਕਿ ਨਹੀਂ। ਅਗਰ 2 ਔਰ 3 ਦੋਨੋਂ ਨਾਲ ਡਿਵੀਸੀਬਲ ਹੋਏਗਾ ਤਾਂ ਹੀ ਉਹ ਨੰਬਰ 6 ਨਾਲ ਡਿਵੀਸੀਬਲ ਹੋਏਗਾ। ਅਗਰ ਦੋਨਾਂ 'ਚੋਂ ਕਿਸੇ 1 ਨਾਲ ਡਿਵੀਸੀਬਲ ਨਹੀਂ ਹੋਏ, ਮੰਨ ਲਓ 2 ਨਾਲ ਹੈ ਲੇਕਿਨ 3 ਨਾਲ ਡਿਵੀਸੀਬਲ ਨਹੀਂ ਹੈ, ਜਾਂ 3 ਨਾਲ ਡਿਵੀਸੀਬਲ ਹੈ 2 ਨਾਲ ਨਹੀਂ ਹੈ, ਫਿਰ ਨੰਬਰ 6 ਨਾਲ ਡਿਵੀਸੀਬਲ ਨਹੀਂ ਹੋਏਗਾ। ਤੇ ਸਭ ਤੋਂ ਪਹਿਲਾਂ ਅਸੀਂ ਵੇਖ ਲੈਂਦੇ ਹਾਂ ਕਿ ਉਹ ਨੰਬਰ 2 ਨਾਲ ਡਿਵੀਸੀਬਲ ਹੈ ਕਿ ਨਹੀਂ, ਡਿਵੀਸੀਬਲ ਬਾਈ 2। ਤੇ ਇਹਦਾ ਜਿਹੜਾ ਫਰਸਟ ਡਿਜਿਟ ਹੈ ਉਹ ਵੀ 4। ਇਹ ਇੱਕ ਇਵਨ ਨੰਬਰ ਹੈ, ਇਵਨ ਨੰਬਰ ਸਾਰੇ 2 ਨਾਲ ਡਿਵਾਈਡ ਹੁੰਦੇ ਨੇ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ 297,144 ਡਿਵੀਸੀਬਲ ਹੈ 2 ਨਾਲ, ਡਿਵੀਸੀਬਲ ਬਾਈ 2। ਹੁਣ ਆਪਾਂ ਵੇਖਾਂਗੇ ਕਿ ਇਹ ਨੰਬਰ ਡਿਵੀਸੀਬਲ ਹੈ ਕਿ ਨਹੀਂ 3 ਨਾਲ, ਡਿਵੀਸੀਬਲ ਬਾਈ 3। ਤੇ ਜਦੋਂ ਸਾਨੂੰ 3 ਨਾਲ ਡਿਵੀਸੀਬਿਲਿਟੀ ਟੈਸਟ ਕਰਨੀ ਹੁੰਦੀ ਹੈ ਤੇ ਆਪਾਂ ਕੀ ਕਰਨੇ ਆ, ਸਾਰੇ ਡਿਜਿਟਸ ਦਾ ਸਮ ਲੈਣੇ ਆ। ਇੱਥੇ ਹੋ ਜਾਏਗਾ 2 ਪਲੱਸ 9 ਪਲੱਸ 7 प्लस 1 प्लस 4 प्लस 4 और ए इक्वल हो जाएगा 9 और 2 11, 11 7 18, 18 19, 19 और 4 23 और 4 27। 27 डिवाइड हो जाता है 3 नाल 9 वारी। ए इना दा सम अगर डिविजिबल है 3 नाल ते इहदा मतलब होया कि ए नंबर भी डिविजिबल होएगा, नंबर भी डिविजिबल होएगा 3 नाल। ਆਪਾਂ ਵੇਖ ਰਹੇ ਹਾਂ ਕਿ ਨੰਬਰ ਜਿਹੜਾ ਹੈ 297,144 ਇਹ ਦੋਨਾਂ ਨਾਲ ਹੀ ਡਿਵੀਸੀਬਲ ਹੈ, ਇਹ ਦੋਨਾਂ ਨਾਲ ਹੀ ਡਿਵੀਸੀਬਲ ਹੈ, ਡਿਵੀਸੀਬਲ ਬਾਈ 2 ਐਂਡ 3। ਬਾਈ 6 ਇਹੀ ਆਪਾਂ ਦਾ ਆਨਸਰ ਹੈ। ਧੰਨਵਾਦ।